ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੂਬੇਦਾਰ ਮੇਜਰ ਓਡਨੀ ਕੈਪਟਨ ਸਤਨਾਮ ਸਿੰਘ, ਪਿੰਡ ਝੂੜਪੁਰ, ਤਹਿਸੀਲ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ। ਮੇਰਾ ਬੇਟਾ ਸੁਰਿੰਦਰ ਸਿੰਘ, ਜੋ ਇਸ ਵੇਲੇ ਮੌਜੂਦਾ ਸਰਪੰਚ ਹੈ। ਮੈਂ ਝੂੜਪੁਰ ਪਿੰਡ ਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨੂੰ ਸਰਪੰਚ ਬਣਾਇਆ। ਹੁਣ ਚੋਣ ਜ਼ਾਬਤਾ ਲੱਗਾ ਹੋਇਆ ਹੈ। ਸਾਡੇ ਪਿੰਡ ਦੀਆਂ ਕੁਛ ਸਮੱਸਿਆਵਾਂ ਹੈ ਜੋ ਪਿੱਛੇ ਪੂਰੀਆਂ ਨਹੀਂ ਹੋ ਸਕੀਆਂ, ਹੁਣ ਉਹਨਾਂ ਵਾਸਤੇ ਗਰੰਟਾਂ ਦੀ ਜ਼ਰੂਰਤ ਹੈ। ਨੰਬਰ ਇੱਕ, ਸਾਡੇ ਪਿੰਡ ਦਾ ਸੀਵਰੇਜ ਪੈਣ ਵਾਲਾ ਹੈ, ਉਹਦੇ ਵਾਸਤੇ ਗਰਾਂਟ ਚਾਹੀਦੀ ਹੈ। ਨੰਬਰ ਦੋ, ਸ਼ਮਸ਼ਾਨ ਘਾਟ ਵਿੱਚ ਸੈੱਡ ਬਣਾਉਣ ਵਾਲਾ ਹੈ ਔਰ ਕੰਕਰੀਟ ਫਰਚ ਲੱਗਣ ਵਾਲਾ ਹੈ, ਇਸ ਵਾਸਤੇ ਗਰਾਂਟ ਚਾਹੀਦੀ ਹੈ। ਹਰੀਜਨਾ ਭਰਾਵਾਂ ਲਈ ਧਰਮਸ਼ਾਲਾ ਦੀ ਜ਼ਰੂਰਤ ਹੈ, ਉਸ ਦੇ ਵਾਸਤੇ ਗਰਾਂਟ ਚਾਹੀਦੀ ਹੈ। ਸਾਡੇ ਪਿੰਡ ਵਿੱਚ ਬੋਰ ਹੈ ਜੋ ਲੋਕਾਂ ਨੂੰ ਪਾਣੀ ਦੀ ਸਹੂਲਤ ਹੈ ਉਹ ਮਿਲਦੀ ਹੈ, ਲੇਕਿਨ ਟੈਂਕੀ ਨਹੀਂ ਹੈ। ਟੈਂਕੀ ਬਣਾਉਣ ਵਾਸਤੇ ਕੋਈ ਗਰਾਂਟ ਦੀ ਜ਼ਰੂਰਤ ਹੈ, ਜੋ ਕਿ ਪਾਣੀ ਜਿਵੇਂ ਸੁਬਾਹ ਸ਼ਾਮ ਛੱਡਦੇ ਹਾਂ ਉਹ ਵੇਸਟੇਜ ਜਾਂਦਾ, ਉਹ ਵੇਸਟੇਜ ਨਹੀਂ ਜਾਏਗਾ, ਟੈਂਕੀ ਬਣ ਜਾਏ ਤਾਂ ਬਹੁਤ ਅੱਛਾ ਹੈ। ਨਸ਼ਿਆਂ ਬਾਰੇ ਕੈਪਟਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ, ਜੋ ਕਿ ਇੱਕ ਕਾਫੀ ਠੱਲ ਪੈ ਚੁੱਕੀ ਹੈ। ਔਰ ਸਾਡੇ ਵਿਧਾਇਕ ਸਾਹਿਬ ਨੇ ਵੀ ਬਹੁਤ ਅੱਗੇ ਹੋ ਕੇ ਕੰਮ ਇਸ ਨੂੰ ਰੋਕਣ ਲਿਜਾਇਆ, ਔਰ ਪੁਲਿਸ ਪ੍ਰਸ਼ਾਸਨ ਵੀ ਬਹੁਤ ਸਾਥ ਦੇ ਰਿਹਾ ਹੈ, ਔਰ ਕਾਫੀ ਜੋ ਸਲਾਹਣਯੋਗ ਹੈ। ਇਹਦੇ ਵਿੱਚ ਥੋੜ੍ਹਾ ਜਿਹਾ ਹੋਰ ਹੋ ਜਾਏ ਤਾਂ ਬਿਲਕੁਲ ਨਸ਼ਾ ਉੱਕਾ ਪੰਜਾਬ 'ਚੋਂ ਖਤਮ ਹੋ ਸਕਦਾ ਹੈ, ਲੇਕਿਨ ਸਾਡੇ ਜ਼ਿਲ੍ਹੇ ਵਿੱਚ ਬਹੁਤ ਕੰਟਰੋਲ ਹੋਇਆ ਹੈ ਔਰ ਕਾਫੀ ਘੱਟ ਹੈ, ਹੁਣ ਤਾਂ ਬਿਲਕੁਲ ਕਿਤੇ ਨਾ ਮਾਤਰ